ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਦੂਜੇ ਨੂੰ ਹੁਣ ਖੁੱਲ੍ਹੇ ਤੌਰ 'ਤੇ ਸਿੱਧਮ ਸਿੱਧੀ ਹੋ ਗਏ ਨੇ, ਹੁਣ ਖੁੱਲ੍ਹੇ ਤੌਰ 'ਤੇ ਇੱਕ ਦੂਜੇ ਨੂੰ ਆਹਮੋ ਸਾਹਮਣੇ ਹੋ ਗਏ ਨੇ। ਇਹ ਹੁਣ ਟਸਲ ਜਿਹੜੀ ਆ ਇਹ ਕਿੱਧਰ ਨੂੰ ਜਾਊਗੀ, ਇਸ ਟਸਲ ਦਾ ਬਣੂਗਾ ਕੀ? ਹੁਣ ਇਹ ਟਸਲ ਖੁੱਲ੍ਹੇ ਤੌਰ 'ਤੇ ਹੋ ਗਈ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਸਹੀ ਨੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਹੀ ਨੇ, ਦੋਵਾਂ 'ਚੋਂ ਕੌਣ ਸਹੀ ਹੈ, ਦੋਵਾਂ ਦੇ ਤਰਕਾਂ 'ਚੋਂ ਕਿਹਦੇ ਤਰਕ ਸਹੀ ਨੇ, ਇਸ 'ਤੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ, ਦੁੱਧ ਦੁੱਧ ਅਤੇ ਪਾਣੀ ਦਾ ਪਾਣੀ ਕਰਾਂਗੇ ਕਿ ਕਿੱਧਰ ਨੂੰ ਜਾਊ ਜਿਹੜੀ ਇਹ ਟਸਲ। ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਕਾਂਗਰਸ ਦੀਆਂ ਹਾਲੇ 5 ਟਿਕਟਾਂ ਜਿਹੜੀਆਂ ਰਹਿੰਦੀਆਂ ਨੇ ਉਹ ਫਾਈਨਲ ਕਿਉਂ ਨਹੀਂ ਹੋ ਸਕੀਆਂ, ਲੁਧਿਆਣਾ ਦਾ ਕੀ ਬਣ ਰਿਹਾ, ਅਨੰਦਪੁਰ ਸਾਹਿਬ ਦਾ ਕੀ ਬਣ ਰਿਹਾ, ਖਡੂਰ ਸਾਹਿਬ ਦਾ ਕੀ ਬਣ ਰਿਹਾ, ਫਿਰੋਜ਼ਪੁਰ ਦਾ ਕੀ ਬਣ ਰਿਹਾ, ਇਸ 'ਤੇ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ। ਨਾਲ ਹੀ ਨਾਲ ਚਰਚਾ ਜਿਹੜੀ ਆ ਕਰਨੀ ਹੈ ਕਿ ਕਿਸਾਨਾਂ ਲਈ ਅੱਜ ਟਸਲ ਜਿਹੜੀ ਉਹ ਬੀਜੇਪੀ ਦੇ ਨਾਲ ਪੈ ਗਈ ਸੀ, ਅੱਜ ਚੈਲੰਜ ਹੋ ਗਿਆ ਸੀ ਬਹਿਸ ਦਾ, ਕਿਸਾਨ ਪਹੁੰਚ ਗਏ ਬੀਜੇਪੀ ਦੇ ਲੀਡਰ ਪਹੁੰਚੇ ਕਿਉਂ ਨਹੀਂ, ਬੀਜੇਪੀ ਦੇ ਲੀਡਰ ਕਹਿੰਦੇ ਕਿ ਮੁੱਖ ਜਿਹੜੇ ਪ੍ਰਧਾਨ ਮੰਤਰੀ ਨੇ ਕਿਹੜਾ ਇਹਨਾਂ ਦਾ ਸੱਦਾ ਕਬੂਲਿਆ ਸੀ ਜਿਹੜਾ ਉਹ ਆਉਂਦੇ, ਤਾਂ ਫਿਰ ਪੰਜਾਬ ਦੇ ਲੀਡਰ ਬੀਜੇਪੀ ਦੇ ਕਿਉਂ ਨਹੀਂ ਪਹੁੰਚੇ, ਇਸ 'ਤੇ ਅਹਿਮ ਜਿਹੜੀਆਂ ਚਰਚਾ ਕਰਨੀ ਹੈ ਕਿ ਕੁਝ ਅੱਜ ਗੱਲਾਂ ਬਾਤਾਂ ਹੋਈਆਂ ਨੇ। ਜਿਹੜਾ ਕਿਸਾਨਾਂ ਦੇ ਵੱਲੋਂ ਮੋਦੀ ਦੇ ਖਿਲਾਫ ਪਰਚਾ ਦਰਜ ਕਰਾਉਣ ਦੀ ਵੀ ਗੱਲ ਕਹੀ ਗਈ ਹੈ, ਚਿੱਠੀ ਲਿਖੀ ਗਈ ਹੈ, ਕਿਉਂ ਕੀ ਇਹ ਕੁਝ ਹੋਏਗਾ ਜਾਂ ਨਹੀਂ, ਸਾਰੀਆਂ ਖਬਰਾਂ 'ਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਜੁੜਿਆ, ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਭੱਟੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਸ਼ੁਕਰੀਆ ਸੁਖਵਿੰਦਰ ਜੀ, ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਆ ਉਹ ਇੱਕ ਦੂਜੇ ਨਾਲ ਹੁਣ ਸਿੱਧਮ ਸਿੱਧੀ ਖੁੱਲ੍ਹੇ ਤੌਰ 'ਤੇ ਜਿਹੜੇ ਆ ਹੋ ਗਏ ਆ, ਖੁੱਲ੍ਹੇ ਤੌਰ 'ਤੇ ਹੁਣ ਆਹਮੋ ਸਾਹਮਣੇ ਹੋ ਗਏ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਲਗਾਤਾਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ, ਚਾਹੇ ਉਹ ਬੇਅਦਬੀ ਦਾ ਹੋਵੇ, ਚਾਹੇ ਉਹ ਗੋਲੀ ਕਾਂਡਾਂ ਦਾ ਹੋਵੇ, ਚਾਹੇ ਉਹ ਗੈਂਗਸਟਰਾਂ ਦਾ ਮੁੱਦਾ ਹੋਵੇ, ਚਾਹੇ ਉਹ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਹੋਵੇ, ਚਾਹੇ ਉਹ ਕਹਿ ਲਓ ਕਿ ਕੋਈ ਵੀ ਜਿਹੜੇ ਮੁੱਦੇ ਬਹੁਤ ਸਾਰੇ ਜਿਹੜੇ ਜੁੜੇ ਹੋਏ ਆ, ਨਸ਼ਿਆਂ ਦਾ ਮੁੱਦਾ ਹੋਵੇ, ਬਹੁਤ ਸਾਰੇ ਮੁੱਦਿਆਂ 'ਤੇ ਬੜੀ ਸੁਹਿਰਦਤਾ ਦੇ ਨਾਲ ਪਾਰਟੀ ਦੇ ਅਨੁਸ਼ਾਸਨ ਦੇ ਵਿੱਚ ਰਹਿੰਦਿਆਂ ਗੱਲ ਜਿਹੜੀ ਉਹ ਕਰਦੇ ਆ, ਔਰ ਪਾਰਟੀ ਨੂੰ ਉੱਚੀ ਥਾਂ ਲਿਜਾਣ ਦੀ ਵੀ ਗੱਲ ਕਰਦੇ ਆ, ਪਰ ਕਰਦੇ ਇਸ ਤਰੀਕੇ ਨਾਲ ਆ ਕਿ ਭਾਈ ਜਿਹੜੇ ਆਪਾਂ ਲੋਕਾਂ ਦੇ ਨਾਲ ਵਾਅਦੇ ਕੀਤੇ ਉਹ ਪੂਰੇ ਕਰੀਏ। ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ, ਕਹਿੰਦੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬੇਅਦਬੀ ਦੀ ਦੇ ਉੱਪਰ ਜਿਹੜੇ ਸਵਾਲ ਚੁੱਕਦੇ ਆ ਕਿ ਭਾਈ ਬੇਅਦਬੀ ਦਾ ਇਨਸਾਫ ਜਿਹੜਾ ਹੋ ਨਹੀਂ ਰਿਹਾ ਜਾਂ ਸਹੀ ਢੰਗ ਦੇ ਨਾਲ ਜਿਹੜਾ ਉਹ ਚੱਲ ਨਹੀਂ ਰਿਹਾ ਸਿਸਟਮ, ਤਾਂ ਉਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਜੀ ਉਹਨਾਂ ਦੀ ਰਾਏ ਤਾਂ ਨਿੱਜੀ ਹੈਗੀ ਆ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਕਹਿੰਦੇ ਇਹ ਨਿੱਜੀ ਰਾਏ ਆ, ਅਸੀਂ ਤਾਂ ਬੇਅਦਬੀ ਦੇ ਮਸਲੇ 'ਤੇ ਕੰਮ ਕਰ ਰਹੇ ਹੈਗੇ ਹਾਂ। ਪਰ ਡਾਕਟਰ ਸਾਹਿਬ, ਦੂਜੇ ਪਾਸੇ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰੀਏ, ਉਹਨਾਂ ਦੀਆਂ ਰਾਏ ਦੇ ਨਾਲ, ਉਹਨਾਂ ਦੇ ਮਸ਼ਵਰਿਆਂ ਦੇ ਨਾਲ, ਉਹਨਾਂ ਦੇ ਮੁੱਦਿਆਂ ਦੇ ਨਾਲ ਤਾਂ ਪੂਰੇ ਪੰਜਾਬ ਦੇ ਲੋਕ ਸਹਿਮਤ ਹੈ, ਪਰ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਜਵਾਬ ਦਿੱਤਾ ਹੈ ਉਸ ਦੇ ਉੱਪਰ ਤਾਂ ਕੋਈ ਸਹਿਮਤੀ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਗਲਤ ਕੀ ਕਹਿੰਦੇ ਆ, ਇਹ ਵੀ ਜਿਹੜਾ ਦੱਸਣਾ ਇਹਨਾਂ ਨੂੰ ਬਣਦਾ। ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਆ ਕਿ ਤੁਸੀਂ ਦੋਸ਼ੀਆਂ ਦੇ ਨਾਲ ਰਲ ਗਏ ਹੋ, ਸਰਕਾਰ ਦੋਸ਼ੀਆਂ ਦੇ ਨਾਲ ਰਲ ਗਈ ਹੈ। ਉਹ ਕਹਿੰਦੇ ਕਿ ਦੋਸ਼ੀ ਜਿਹੜੇ ਬਣਾਏ ਸੀ ਗੋਲੀ ਕਾਂਡ ਦੇ ਵਿੱਚ ਪਰਮਰਾਜ ਉਮਰਾ ਨੰਗਲ ਵਰਗੇ, ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ, ਉਹ ਜਿਹੜੇ ਬਾਹਰ ਆ ਗਏ ਆ ਉਹਨਾਂ ਨੂੰ ਬਹਾਲੀਆਂ ਤੱਕ ਹੋ ਗਈਆਂ ਨੌਕਰੀ ਦੇ ਉੱਪਰ, ਤਾਂ ਫਿਰ ਕੁੰਵਰ ਵਿਜੇ ਪ੍ਰਤਾਪ ਦੇ ਵਿੱਚ ਕੀ ਕਸੂਰ ਆ? ਕਸੂਰ ਤਾਂ ਸਰਕਾਰ ਦਾ ਹੀ ਆ। ਫਿਰ ਉਹ ਕਹਿੰਦੇ ਤੁਸੀਂ ਬੇਅਦਬੀ ਦੇ ਦੋਸ਼ੀਆਂ 'ਤੇ, ਗੋਲੀ ਕਾਂਡ ਦੇ ਦੋਸ਼ੀਆਂ ਨੂੰ ਤੁਸੀਂ, ਦੋਸ਼ੀਆਂ ਦੇ ਵਕੀਲਾਂ ਨੂੰ ਤੁਸੀਂ ਉਹ ਚੌਹਦੇ ਦਿੱਤੇ ਜਿਹੜੇ ਐਡਵੋਕੇਟ ਜਨਰਲ ਆਏ, ਹਾਲੇ ਤੁਸੀਂ ਕਹਿੰਦੇ ਇਨਸਾਫ ਹੋਊਗਾ, ਤਾਂ ਕਿਵੇਂ ਦੇਖਦੇ ਹੋ? ਉਹ ਕਹਿੰਦੇ ਕਿ ਕੁੰਵਰ ਵਿਜੇ ਪ੍ਰਤਾਪ ਦੀ ਨਿੱਜੀ ਰਾਏ ਹੈ, ਅਤੇ ਦੂਜੇ ਪਾਸੇ ਉਸ ਰਾਏ ਦੇ ਨਾਲ ਪੰਜਾਬ ਦੇ ਲੋਕ ਸਹਿਮਤ ਨੇ ਕੁੰਵਰ ਵਿਜੇ ਪ੍ਰਤਾਪ ਦੀ, ਭਗਵੰਤ ਦੇ ਨਾਲ ਨਹੀਂ। ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ? ਆਪਾਂ ਜੇ ਐਕਸਪਲੇਨ ਕਰੀਏ, ਕੌਣ ਸਹੀ ਕੌਣ ਗਲਤ? ਸੁਖਵਿੰਦਰ ਜੀ, ਦੇਖੋ, ਪਹਿਲੀ ਗੱਲ ਤਾਂ ਮਸਲਾ ਨਿੱਜੀ ਨਹੀਂ ਹੈ, ਇਸ ਕਰਕੇ ਨਿੱਜੀ ਰਾਏ ਦਾ ਕੋਈ ਮਸਲਾ ਨਹੀਂ ਹੁੰਦਾ। ਨਿੱਜੀ ਤਾਂ ਅਸੀਂ ਤਾਂ ਕਹੀਏ ਵੀ ਭਾਈ
ਕੱਛਾ ਕਿਹੜੀ ਰੰਗ ਦਾ ਖਰੀਦਣਾ, ਬਨੈਣ ਕਿਹੜੇ ਰੰਗ ਦੀ ਖਰੀਦਣੀ ਹੈ, ਜਾਂ ਕੜੀ ਕਿਹੜੀ ਲਾਉਣੀ ਹੈ, ਮਤਲਬ ਉਹ ਤਾਂ ਨਿੱਜੀ ਹੋ ਗਈ ਗੱਲ ਵੀ ਜੁੱਤੀ ਕਿਹੜੀ ਲੈਣੀ ਹੈ। ਇਹ ਪਬਲਿਕ ਇਸ਼ੂ ਹੈ, ਪੰਜਾਬ ਇਹਦੇ ਉੱਪਰ ਮੱਚ ਉੱਠਿਆ ਸੀ। ਮਤਲਬ ਹੁਣ ਤੱਕ 3 ਸਰਕਾਰਾਂ ਨੇ ਜਿਹੜੀਆਂ ਲੰਘ ਚੁੱਕੀਆਂ ਨੇ ਇਸ ਗੱਲ ਦੇ ਉੱਪਰ, ਔਰ ਉਹ ਪਹਿਲੇ ਦਿਨ ਤੋਂ। ਕੁੰਵਰ ਵਿਜੇ ਪ੍ਰਤਾਪ, ਕੋਈ ਇਹ ਨਹੀਂ ਹੈ ਕਿ ਉਹਨਾਂ ਨੇ ਹੁਣ ਰਾਏ ਬਦਲ ਲਈ ਹੈ, ਇਹ ਨਿੱਜੀ ਰਾਏ ਤਾਂ ਉਹਨਾਂ ਦੀ ਜਦੋਂ ਉਹ ਆਪ 'ਚ ਨਹੀਂ ਆਏ ਸੀ ਉਦੋਂ ਵੀ ਸੀਗੀ। ਪਹਿਲੇ ਦਿਨ ਤੋਂ ਇੱਕੋ ਹੀ ਗੱਲ ਕਹਿੰਦੇ ਆ ਰਹੇ ਨੇ ਕਿ ਜਿਹੜੇ ਦੋਸ਼ੀ ਨੇ ਉਹ ਬਹੁਤ ਪਾਵਰਫੁੱਲ ਨੇ, ਉਹ ਸਰਕਾਰੀ ਸੰਸਥਾਵਾਂ ਨੂੰ, ਜੁਡੀਸ਼ਰੀ ਨੂੰ, ਹਰ ਚੀਜ਼ ਨੂੰ ਯੂਜ਼ ਕਰ ਰਹੇ ਨੇ, ਔਰ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਜਿੰਨੀਆਂ ਸਿੱਟਾਂ ਬਣੀਆਂ ਨੇ ਉਹ ਬਿਲਕੁਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਬਚਾਉਣ ਤੇ ਟੱਕਣ ਲਈ ਬਣੀਆਂ ਨੇ। ਬਿਲਕੁਲ ਮਤਲਬ ਇਹ ਗੱਲ ਉਹ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਨੇ, ਔਰ ਜਦੋਂ ਇਹਨਾਂ ਨੇ ਉਹਨੂੰ ਜੁਆਇਨ ਕਰਾਇਆ ਸੀ, ਜਦੋਂ ਉਹਦੇ ਪੋਸਟਲਾਈਜ਼ ਸਾਰੇ ਪੰਜਾਬ ਦੇ, ਉਦੋਂ ਵੀ ਉਹਦੀ ਇਹੀ ਰਾਏ ਸੀ। ਜੇ ਨਿੱਜੀ ਰਾਏ ਨਾਲ ਸਹਿਮਤ ਨਹੀਂ ਸੀ ਤੇ ਉਹਨੂੰ ਨਾਲ ਕਿਉਂ ਲਿਆ ਸੀ? ਮਤਲਬ ਜੇ ਇਹਨਾਂ ਦੀ ਰਾਏ ਹੋਰ ਸੀ, ਮਤਲਬ ਰਾਏ ਤਾਂ ਉਹਨਾਂ ਦੀ ਉਦੋਂ ਵੀ ਇਹੀ ਸੀ ਤੇ ਉਦੋਂ ਇਹਨਾਂ ਦੀ ਵੀ ਇਸ ਰਾਏ ਬਦਲੀ ਹੈ ਦੇ ਨਾ ਨਾਲ ਹਾਲੇ ਤੱਕ। ਸਹਿਮਤ ਸੀਗੇ ਤੇ ਅੱਜ ਜੇ ਇਹਨਾਂ ਦੀ ਸਰਕਾਰ ਬਣ ਗਈ ਹੈ ਤੇ ਅੱਜ ਕਹਿੰਦੇ ਜੀ ਅਸੀਂ ਕੁੰਵਰ ਵਿਜੇ ਪ੍ਰਤਾਪ ਦੀ ਰਾਏ ਦੇ ਨਾਲ ਸਹਿਮਤ ਨਹੀਂ। ਆ ਡਾਕਟਰ ਸਾਹਿਬ, ਤੁਸੀਂ ਪੋਸਟਰ ਵਾਲੀ ਗੱਲ ਕੀਤੀ ਹੈ, ਮੈਂ ਕੱਲ ਹੀ ਬਠਿੰਡੇ ਦੇ ਕੁਝ ਪਿੰਡਾਂ ਦੇ ਵਿੱਚ ਗਿਆ ਸੀਗਾ ਤਾਂ ਉੱਥੇ ਮੈਂ ਹਾਲੇ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਬੋਰਡ ਲੱਗੇ ਦੇਖੇ ਆ, ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਪਾਰਟੀ ਦੇ ਵਿੱਚ ਆਏ ਸੀ, ਇਹਨਾਂ ਨੇ ਲਿਆਂਦੇ ਸੀ ਕਿ ਭਾਈ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਡੀ ਪਾਰਟੀ ਦੇ ਵਿੱਚ ਆ ਗਿਆ, ਸਾਡੀ ਸਰਕਾਰ ਬਣਾਓ, ਬੇਅਦਬੀਆਂ ਦਾ ਇਨਸਾਫ ਦੇ ਦਾਂਗੇ। ਇਹੋ ਜਿਹੇ ਪੋਸਟਰ ਜਿਹੜੇ ਇਹਨਾਂ ਨੇ ਪਿੰਡ ਪਿੰਡ ਕੁੰਵਰ ਵਿਜੇ ਪ੍ਰਤਾਪ ਦੇ ਲਾਏ ਸੀ, ਫਾਇਦਾ ਲੈਣ ਵਾਸਤੇ ਬੇਅਦਬੀ ਦਾ, ਬੇਅਦਬੀ ਦੇ ਮੁੱਦੇ ਦਾ, ਕੁੰਵਰ ਵਿਜੇ ਪ੍ਰਤਾਪ ਸਿੰਘ ਦਾ, ਉਹ ਹਲੇ ਵੀ ਬੋਰਡ ਜਿਹੜੇ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਲੱਗੇ ਹੋਏ ਆ, ਕਈ ਥਾਈਂ ਲੱਗੇ ਹੋਏ ਆ। ਔਰ ਬੜੀ ਸੋਹਣੀ ਤੁਸੀਂ ਗੱਲ ਕਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਾਏ ਤਾਂ ਪਹਿਲਾਂ ਵੀ ਇਹੀ ਸੀ, ਕੁੰਵਰ ਵਿਜੇ ਪ੍ਰਤਾਪ ਦੀ ਰਾਏ ਪਹਿਲਾਂ ਵੀ ਉਹੀ ਸੀ, ਅੱਜ ਵੀ ਉਹੀ ਹੈ, ਤੇ ਰਾਏ ਤਾਂ ਸਗੋਂ ਦੀ ਇਹਨਾਂ ਦੀ ਬਦਲੀ ਹੈ ਰਾਏ ਤਾਂ ਸਰਕਾਰ ਇਹਨਾਂ ਦੀ ਬਣ। ਬਦਲੀ ਹੈ ਨਾ, ਇਹਨਾਂ ਦੀ ਮਸਲੇ ਬਾਰੇ ਵੀ ਰਾਏ ਬਦਲ ਗਈ, ਇਹਨਾਂ ਦੀ ਕੁੰਵਰ ਵਿਜੇ ਪ੍ਰਤਾਪ ਬਾਰੇ ਵੀ ਬਦਲ ਗਈ, ਇਹਨਾਂ ਦੀ ਜਿਹੜਾ ਪ੍ਰੋਸੀਜਰ ਹੈ ਉਹਦੇ ਬਾਰੇ ਵੀ ਬਦਲ ਗਈ। ਕਿੰਨੇ ਸਾਰਾ ਮਤਲਬ ਉਹਨੇ ਰਿਕਾਰਡ ਸਾਰੀ ਪਬਲਿਕ ਦੇ ਸਾਹਮਣੇ ਲਿਆਂਦਾ, ਇੱਥੋਂ ਤੱਕ ਕਿ ਜਿਹੜੇ ਇਹਨਾਂ ਨੇ ਸਮਝੌਤੇ ਕੀਤੇ ਮੋਰਚੇ ਵਾਲਿਆਂ ਦੇ ਨਾਲ, ਉਹਨਾਂ ਦੇ ਬਿਆਨ ਉੱਥੇ ਦਰਜ ਕਰਾ ਕੇ ਉਹਨੂੰ ਦੋਸ਼ੀ ਦੇ ਕਟਹਿਰੇ 'ਚ ਖੜੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਆਪਣੇ ਮੁਕੱਦਮੇ ਆਪ ਲੜਦਾ ਫਿਰ ਰਿਹਾ। ਮਤਲਬ ਤੁਸੀਂ ਦੇਖੋ ਨਾ ਹਾਲਤ ਕੀ ਹੈ, ਕਿ ਬਿਲਕੁਲ ਉਹਨੂੰ ਪਾਰਟੀ ਬਣਨਾ ਪੈ ਰਿਹਾ ਹੈ ਸਰਕਾਰ ਦੇ ਖਿਲਾਫ, ਉਹਨਾਂ ਦੀ ਸਰਕਾਰ ਹੈ। ਸੋ ਇਹ ਮੈਂ ਸਮਝਦਾ ਵੀ ਇਹ ਝੂਠ ਦੀ ਇੰਤਹਾ ਹੈ। ਮਤਲਬ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ, ਕੁੰਵਰ ਵਿਜੇ ਪ੍ਰਤਾਪ ਬਾਰ ਬਾਰ ਕਹਿ ਰਿਹਾ, ਔਰ ਇਹ ਗੱਲ ਸੱਚੀ ਵੀ ਹੈ। ਮੈਂ ਤੁਹਾਨੂੰ ਦੱਸਾਂ, ਜਿਹੜਾ ਵੀ ਵਿਸ਼ਵਾਸ ਕਰਨ ਵਾਲਾ ਸ਼ਰਧਾਲੂ ਬੰਦਾ ਹੈ, ਇਹ ਗ੍ਰੰਥ ਸਾਹਿਬ ਨੂੰ ਜਾਂ ਉਹਦੀ ਬੇਅਦਬੀ ਨੂੰ ਜਾਂ ਧਾਰਮਿਕ ਮਾਮਲੇ ਨੂੰ ਇਹ ਸੀਰੀਅਸਲੀ ਨਹੀਂ ਲੈ ਰਹੇ, ਇਹਦੀ ਸਜ਼ਾ ਅਖੀਰ ਮਿਲਣੀ ਹੈ। ਇੱਥੋਂ ਬਥੇਰੀ ਦੁਨੀਆ ਹੋ ਚਲੀ ਗਈ ਇੱਦਾਂ ਹੀ, ਬਿਲਕੁਲ ਤੁਸੀਂ ਚਲਾਕੀਆਂ ਰੱਬ ਨਾਲ ਨਹੀਂ ਕਰ ਸਕਦੇ ਹੁੰਦੇ ਇਹ। ਪਰ ਇਹ ਸਾਰੇ ਜਿਹੜੇ ਕੁਰਸੀ ਤੇ ਬੈਠਦੇ ਨੇ, ਬੜੀ ਅਜੀਬ ਗੱਲ ਹੈ, ਇਹ ਜਿਹੜਾ ਬੈਠਦਾ ਬਹਿੰਦੀ ਸਾਰ, ਜਿਵੇਂ ਕੇਜਰੀਵਾਲ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਅੰਨਾ ਹਜ਼ਾਰੇ ਦੇ ਟਾਈਮ, ਜਦੋਂ ਪਤਲੇ ਜਿਹੇ ਹੁੰਦੇ ਸੀ ਨਾ 35 ਕਿਲੋ ਦੇ, ਉਦੋਂ ਦੀ ਉਹਦੀ ਵੀਡੀਓ ਹੈ ਇੱਕ, ਉਹ ਕਹਿੰਦੇ ਵੀ ਜੋ ਕੁਰਸੀ ਪਰ ਬੈਠਦਾ ਹੈ ਉਸੇ ਕੁਛ ਹੋ, ਕੁਰਸੀ ਮੇ ਹੀ ਕੁਛ ਗੜਬੜ ਹੈ, ਆਪ ਬੈਠੇ ਤਾਂ ਉਦਾਂ ਹੀ ਹੋ ਗਿਆ ਕੰਮ। ਸੋ ਇਹ ਗੱਲ ਇਹ ਹੈ ਕਿ ਐਕਚੁਅਲੀ ਕੀ ਹੈ, ਇਹ ਸਰਕਾਰਾਂ ਨੂੰ ਅਸਲ ਜਿਹੜਾ ਤੰਤਰ ਹੈ ਉਹ ਇਹਨਾਂ ਦੇ ਉੱਪਰ ਬਾਲਾ ਪੈ ਗਿਆ। ਸਰਕਾਰਾਂ ਨੂੰ ਪੁਲਿਸ ਅਫਸਰ ਚਲਾ ਰਹੇ ਨੇ, ਉਹਨਾਂ ਤੋਂ ਬਿਨਾਂ ਇਹ ਇੱਕ ਡਿੰਗ ਨਹੀਂ ਪੱਟ ਸਕਦੇ, ਪਰ ਉਹਨਾਂ ਤੋਂ ਇਹ ਬਾਹਰ ਨਹੀਂ ਜਾ ਸਕਦੇ। ਉਹ ਜਿਸ ਤਰ੍ਹਾਂ ਸਲਾਹਾਂ ਦਿੰਦੇ ਨੇ, ਉਹੀ ਵਕੀਲ, ਉਹੀ ਪੁਲਿਸ ਅਫਸਰ, ਉਹੀ ਉਦੋਂ ਸਲਾਹਾਂ ਦੇਣ ਵਾਲੇ ਸੀਗੇ, ਪਰ ਉਹੀ ਸਾਰੇ ਦੇ ਸਾਰੇ ਜੇ ਜੇ ਕਿਸੇ ਨੂੰ ਫਸਾਉਂਦੇ ਨੇ ਤਾਂ ਉਹ ਆਪ ਵੀ ਫਸਦੇ ਨੇ। ਸੋ ਇਹਨਾਂ ਨੂੰ ਇਹ ਗੱਲ ਸਮਝ ਆ ਗਈ ਹੈ, ਉਹਨਾਂ ਨਾਲ ਰਲ ਗਏ ਨੇ, ਇੰਨਾ ਕੀ ਫਰਕ ਹੈ, ਇਹਨਾਂ ਦੀ ਰਾਏ ਬਦਲ ਗਈ ਹੈ, ਕੁੰਵਰ ਵਿਜੇ ਪ੍ਰਤਾਪ ਦੀ ਰਾਏ ਉਹੀ ਹੈ। ਸੋ ਉਹਦੀ ਨਿੱਜੀ ਰਾਏ ਕਾਹਦੀ ਹੈ, ਨਾ ਇਹ ਨਿੱਜੀ ਮਸਲਾ ਹੈ, ਨਾ ਇਹ ਨਿੱਜੀ ਗੱਲ ਹੈ, ਨਾ ਇਹ ਨਿੱਜੀ ਤੌਰ ਤੇ ਡਿਸਕਸ ਹੋ ਰਹੀ ਹੈ, ਨਿੱਜੀ ਕੁੰਵਰ ਰਾਏ ਵਿਜੇ ਕਾਹਦੀ ਪ੍ਰਤਾਪ ਹੈ, ਸਿੰਘ ਮੈਨੂੰ ਵਾਰ ਨਹੀਂ ਵਾਰ ਪਤਾ। ਜਾ ਕੇ ਪਾਰਟੀ ਦੇ ਅਨੁਸ਼ਾਸਨ ਦੇ ਵਿੱਚ ਰਹਿ ਕੇ, ਕੁੰਵਰ ਵਿਜੇ ਪ੍ਰਤਾਪ ਸਿੰਘ ਵਾਰ ਵਾਰ ਦਰਜਾ ਬਦਰਜਾ ਆਪਣੇ ਪਾਰਟੀ ਦੇ ਲੀਡਰਾਂ ਕੋਲ ਜਾ ਕੇ, ਚਾਹੇ ਉਹ ਕੇਜਰੀਵਾਲ ਹੋਣ, ਚਾਹੇ ਉਹ ਭਗਵੰਤ ਮਾਨ ਹੋਣ, ਅਤੇ ਉਹ ਵਾਰ ਵਾਰ ਇਹੀ ਮੁੱਦੇ, ਬੇਅਦਬੀ ਦੇ ਮੁੱਦੇ ਵਾਰ ਵਾਰ ਚਾ ਕੇ ਚੱਕਦੇ ਆ, ਗੋਲੀ ਕਾਂਡ ਦੇ ਮੁੱਦੇ ਚੱਕਦੇ ਆ, ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਚੱਕਦੇ ਆ,
ਖਾਸ ਕਰਕੇ ਬੇਅਦਬੀ ਤੇ ਗੋਲੀਕਾਂਡ ਤੇ ਜਾ ਕੇ ਉਹ ਮੁੱਦੇ ਚੱਕਦੇ ਆ ਕਿ ਇਸ ਮੁੱਦੇ ਤੇ ਮੈਂ ਨੌਕਰੀ ਛੱਡੀ ਸੀ, ਤੁਸੀਂ ਮੈਨੂੰ ਧੱਕੇ ਨਾਲ ਪਾਰਟੀ ਜੁਆਇਨ ਕਰੀ ਹੈ ਕਰਾਈ ਹੈ, ਹੁਣ ਆਪਾਂ ਇਨਸਾਫ ਨਹੀਂ ਜਿਹੜਾ ਉਹ ਦੇ ਪਾ ਰਹੇ, ਆਪਾਂ ਇਨਸਾਫ ਦਈਏ। ਔਰ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਮਸਲੇ ਤੇ ਮੀਟਿੰਗ ਕਰਕੇ ਆ ਜਾਂਦੇ ਆ, ਉਸ ਤੋਂ ਬਾਅਦ ਉਹ ਦੁਬਾਰਾ ਫੋਲੋ ਅਪ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦਾ ਫੋਨ ਚੱਕਣਾ ਬੰਦ ਹੋ ਜਾਂਦਾ, ਉਲਟਾ ਉਹਨਾਂ ਦੇ ਫੋਨ ਜਿਹੜੇ ਆ ਉਹ ਟ੍ਰੇਸਿੰਗ ਤੇ ਲਗਾ ਦਿੱਤੇ ਜਾਂਦੇ ਆ, ਜਾਂ ਕਹਿ ਲਓ ਕਿ ਲਿਸਨਿੰਗ ਤੇ ਲਗਾ ਦਿੱਤੇ ਜਾਂਦੇ ਆ, ਉਹਨਾਂ ਦੇ ਫੋਨ ਸੁਣਨੇ ਸ਼ੁਰੂ ਕਰ ਦਿੱਤੇ ਜਾਂਦੇ ਆ। ਮਤਲਬ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ। ਔਰ ਕੁੰਵਰ ਵਿਜੇ ਪ੍ਰਤਾਪ ਸਿੰਘ, ਮੈਂ ਫੇਰ ਉਹੀ ਗੱਲ ਕਰ ਰਿਹਾ, ਕੁੰਵਰ ਵਿਜੇ ਪ੍ਰਤਾਪ ਦੀ ਰਾਏ ਦੇ ਨਾਲ ਤਾਂ ਅੱਜ ਵੀ ਤੇ ਪਹਿਲਾਂ ਵੀ, ਯਾਨੀ ਕਿ ਜਦੋਂ ਨੌਕਰੀ 'ਚ ਸੀ ਫਿਰ ਨੌਕਰੀ ਛੱਡ ਦਿੱਤੀ, ਸਿਆਸਤ 'ਚ ਨਹੀਂ ਸੀ ਆਏ, ਉਦੋਂ ਵੀ ਕੁੰਵਰ ਵਿਜੇ ਪ੍ਰਤਾਪ ਦੀ ਇਸ ਰਾਏ ਦੇ ਨਾਲ ਪੰਜਾਬ ਦੇ ਲੋਕ ਸਹਿਮਤ ਸੀ। ਅੱਜ ਉਹ ਜੇ ਸਰਕਾਰ ਦੇ ਹਿੱਸਾ ਨੇ 91 MLਿਆਂ ਦਾ, ਤਾਂ ਉਸ ਸਮੇਂ ਜਿਹੜੀ ਉਹਨਾਂ ਦੀ ਰਾਏ ਆ, ਅੱਜ ਦੀ ਸਥਿਤੀ ਰਾਏ ਆ, ਅਤੇ ਜਦੋਂ ਭਗਵੰਤ ਮਾਨ ਕਹਿੰਦੇ ਆ ਕਿ ਇਹਨਾਂ ਦੀ ਨਿੱਜੀ ਹੈ, ਅਤੇ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਤਾਂ ਅੱਜ ਵੀ ਪੰਜਾਬ ਦੇ ਲੋਕ ਰਾਏ ਦੇ ਉੱਪਰ ਸਹਿਮਤ ਹੈ, ਪਰ ਭਗਵੰਤ ਮਾਨ ਦੀ ਰਾਏ ਦੇ ਨਾਲ ਕੋਈ ਸਹਿਮਤ ਨਹੀਂ। ਇਹ ਤਾਂ ਸਾਫ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਸਟੈਂਡ ਅੱਜ ਵੀ ਲਈ ਬੈਠੇ ਹੈ, ਜਿਹੜਾ ਪਹਿਲਾਂ ਸੀ ਉਹਨਾਂ ਦਾ ਉਹੀ ਅੱਜ ਸਟੈਂਡ ਅੱਜ ਹੈ, ਅਤੇ ਲੋਕ ਵੀ ਉਹਨਾਂ ਦੇ ਨਾਲ ਉਸ ਸਟੈਂਡ ਤੇ ਕਾਇਮ ਨੇ, ਤਾਂ ਫਿਰ ਇਹਦਾ ਮਤਲਬ ਬਦਲੇ ਭਗਵੰਤ ਮਾਨ ਨੇ। ਮੈਂ ਇੱਕ ਸਿੰਪਲ ਸਵਾਲ ਪੁੱਛਦਾ ਹਾਂ ਮਤਲਬ ਸੁਖਵਿੰਦਰ ਜੀ, ਜਾਂ ਇੱਕ ਸਿੰਪਲ ਗੱਲ ਕਰਦਾ ਜਿਹੜੀ ਆਮ ਬੰਦੇ ਦੇ ਵੀ ਸਮਝ ਆ ਸਕਦੀ ਹੈ। ਕੁੰਵਰ ਵਿਜੇ ਪ੍ਰਤਾਪ ਦੀ ਰਾਏ ਕੀ ਹੈ ਪਹਿਲੇ ਦਿਨ ਤੋਂ? ਉਹ ਇਹ ਕਹਿ ਰਿਹਾ ਹੈ ਕਿ ਬੇਅਦਬੀ ਸਾਜ਼ਿਸ਼ ਦੇ ਤਹਿਤ ਕੀਤੀ ਗਈ, ਪਰ ਇਹਦੇ 'ਚ ਜਿਹੜੇ ਸ਼ਾਮਿਲ ਜ਼ਿੰਮੇਵਾਰ ਲੋਕ ਨੇ ਉਹ ਬਹੁਤ ਪਾਵਰਫੁੱਲ ਨੇ ਸਿਆਸਤ ਦੇ ਵਿੱਚ ਵੀ ਅਤੇ ਸੱਤਾ ਦੇ ਵਿੱਚ ਵੀ, ਇਹ ਉਹਦੀ ਰਾਏ ਹੈ। ਕੀ ਸਰਕਾਰ ਦੀ ਰਾਏ ਵੱਖਰੀ ਹੈ ਇਹਦੇ ਤੋਂ? ਕੀ ਸਰਕਾਰ ਨੂੰ ਲੱਗਦਾ ਵੀ ਇਹ 'ਚ ਪਾਵਰਫੁੱਲ ਲੋਕ ਸ਼ਾਮਿਲ ਨਹੀਂ ਹਨ? ਕੀ ਸਰਕਾਰ ਨੂੰ ਲੱਗਦਾ ਇਹ ਸਾਜ਼ਿਸ਼ ਦੇ ਤਹਿਤ ਨਹੀਂ ਹੋਈ? ਵੱਖਰਾ ਕੀ ਹੈ ਫਿਰ ਜੇ ਉਹਦੀ ਨਿੱਜੀ ਹੈ ਇਹ ਰਾਏ, ਤੇ ਸਰਕਾਰ ਦੀ ਕੀ ਰਾਏ ਹੈ ਫਿਰ? ਸਰਕਾਰ ਕੀ ਕਹਿਣਾ ਚਾਹੁੰਦੀ ਹੈ ਉਹਦੇ 'ਚ? ਸੋ ਐਵੇਂ ਹੀ ਮਤਲਬ ਗੱਲਾਂ ਇੱਧਰਲੀਆਂ ਉੱਧਰਲੀਆਂ ਮਾਰ ਕੇ ਉਹ ਟੋਕਾ ਜਾਂ ਇੱਕ ਚਲਾਨ ਪੇਸ਼ ਕਰਕੇ, ਮਤਲਬ ਇਹ ਕਿਹਨੂੰ ਨਹੀਂ ਪਤਾ ਇਸ ਗੱਲ ਦਾ ਕਿ ਤੁਸੀਂ ਭਾਈ ਮਦਦ ਕਰ ਰਹੇ ਹੋ ਦੋਸ਼ੀਆਂ ਦੀ, ਜਿਸ ਤਰੀਕੇ ਦੇ ਨਾਲ ਉਹ ਫੋਲੋ ਅਪ ਕਰ ਰਿਹਾ, ਤੁਹਾਡਾ ਬੰਦਾ ਹੈ ਉਹ। ਪਹਿਲੀ ਗੱਲ ਤਾਂ ਉਹਨੂੰ ਇੰਚਾਰਜ ਬਣਾਉਣਾ ਚਾਹੀਦਾ ਸੀ ਇਸ ਗੱਲ ਦਾ। ਇਹੀ ਗੱਲ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਸੀ, ਉਹਨੇ ਕਿਹਾ ਕਿ ਤੁਸੀਂ ਜੀ ਇਹ ਰਿਪੋਰਟ ਹੈ ਜਿਹੜੀ ਇਹਨੂੰ ਬੰਦ ਨਾ ਕਰਾਓ, ਪਰ ਉਹਨਾਂ ਨੇ ਕਰਵਾਈ, ਉਹਨੇ ਰਿਜ਼ਾਈਨ ਕਰਤਾ ਇਸ ਗੱਲ ਦੇ ਉੱਪਰ। ਮਤਲਬ ਗੱਲ ਇਹ ਹੈ ਵੀ ਉਹਨੂੰ ਫੋਲੋ ਕਰਨਾ, ਉਹਦੀ ਗੱਲ ਦੇ ਉਹਦੇ ਨਾਲ ਚੱਲ ਸਕਣ ਦਾ ਦਮ ਨਹੀਂ ਹੈ, ਇਸ ਕਰਕੇ ਉਹਦੀ ਰਾਏ ਨਿੱਜੀ ਹੈ। ਮਤਲਬ ਤੁਸੀਂ ਛੱਡ ਦਿਓ, ਚਲਾਈ ਚੱਲੀ ਚੱਲਣ ਦਿਓ ਜਿਵੇਂ ਚੱਲਦਾ ਹੈ, ਔਰ ਉਹਨਾਂ ਵਕੀਲਾਂ ਨੂੰ ਜਿਹੜੇ ਡਿਫੈਂਡ ਕਰਦੇ ਰਹੇ ਨੇ ਉਹਨਾਂ ਨੂੰ ਤੁਸੀਂ ਉੱਚੇ ਅਹੁਦਿਆਂ 'ਤੇ ਬਿਠਾਇਆ, ਪਰ ਉਹਨੂੰ ਤੁਸੀਂ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰੀ, ਨਿੱਜੀ ਰਾਏ ਦਾ ਕੀ ਮਸਲਾ ਰਹਿ ਜਾਂਦਾ ਉਹਦੇ ਵਿੱਚ? ਸੋ ਗੱਲ ਇਹ ਹੈ ਕਿ ਉਸੇ ਇਹ ਬੇਸਿਕਲੀ ਦੋਸ਼ੀਆਂ ਦੀ ਧਿਰ ਦੇ ਨਾਲ ਹੀ ਖੜੇ ਨੇ, ਤੇ ਉਹਦੇ 'ਚ ਜੋ ਮਰਜ਼ੀ ਗੱਲਾਂ ਇਧਰਲੀਆਂ ਉਧਰਲੀਆਂ ਕਰੀ ਜਾਣ, ਆਖਿਰਕਾਰ ਮਤਲਬ ਕਿਤੇ ਨਾ ਕਿਤੇ ਸੱਚ ਨੇ ਤਾਂ ਪ੍ਰਗਟ ਹੋਣਾ ਹੀ ਹੁੰਦਾ, ਹੋਣਾ ਹੀ ਹੁੰਦਾ। ਬਿਲਕੁਲ ਬਿਲਕੁਲ, ਚਲੋ ਦੇਖਦੇ ਹਾਂ ਕਿ ਹੁਣ ਲੋਕ ਇਹਦੇ ਬਾਰੇ ਕੀ ਸੋਚਦੇ ਆ, ਪਰ ਲੋਕਾਂ ਦੀ ਰਾਏ ਕੁੰਵਰ ਵਿਜੇ ਪ੍ਰਤਾਪ ਦੀ ਰਾਏ ਦੇ ਨਾਲ ਸਹਿਮਤ ਹੈ। ਹੁਣ ਮੁੱਖ ਮੰਤਰੀ ਉਸ ਰਾਏ ਦੇ ਨਾਲ ਕਦੋਂ ਸਹਿਮਤ ਹੋਣਗੇ ਜਾਂ ਲੋਕ ਸਬਕ ਸਿਖਾ ਕੇ ਸਹਿਮਤ ਕਰਨਗੇ, ਇਹ ਵੀ ਗੱਲ ਜਿਹੜੀ ਆ ਉਹ ਦੇਖਣ ਵਾਲੀ ਹੋਊਗੀ। ਦੂਜੇ ਪਾਸੇ ਡਾਕਟਰ ਸਾਹਿਬ, ਆਪਾਂ ਕਾਂਗਰਸ ਦੀਆਂ ਟਿਕਟਾਂ ਨੂੰ ਲੈ ਕੇ ਜੇ ਗੱਲ ਕਰ ਲਈਏ, ਕਾਂਗਰਸ ਦੀਆਂ ਟਿਕਟਾਂ ਇੱਕ ਪਾਸੇ ਤਾਂ ਇਹ ਹੈ ਕਿ ਚਾਹੇ ਉਹ ਅਕਾਲੀ ਦਲ ਕਰ ਲਈਏ, ਚਾਹੇ ਉਹ ਆਮ ਆਦਮੀ ਪਾਰਟੀ ਲੈ ਲਈਏ, ਉਹਨਾਂ ਕੋਲ ਉਮੀਦਵਾਰ ਹੈ ਨਹੀਂ ਗੇ ਖੜੇ ਕਰਨ ਵਾਸਤੇ, ਅਤੇ ਦੂਜੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ, ਉਹਨਾਂ ਕੋਲ ਉਮੀਦਵਾਰ ਹੈ ਵਾਲੇ ਆ ਖੜੇ ਕਰਨ ਵਾਸਤੇ, ਸਹਿਮਤੀ ਜਿਹੜੀ ਉਹਨਾਂ ਦੀ ਵੀ ਨਹੀਂ ਬਣ ਰਹੀ। ਹੁਣ ਜਿਹੜੀਆਂ 5 ਸੀਟਾਂ ਰਹਿ ਗਈਆਂ ਨੇ ਕਾਂਗਰਸ ਦੀਆਂ ਕਰਨ ਵਾਲੀਆਂ ਐਲਾਨ, ਹੁਣ ਕੁਝ ਹੁਣ 8 ਸੀਟਾਂ ਐਲਾਨ ਕੀਤੀਆਂ, ਉਹਨਾਂ 8 ਦੇ ਵਿੱਚੋਂ ਤਕਰੀਬਨ 3 ਜਿਹੜੀਆਂ ਪੂਰੀਆਂ ਨੇ, ਔਰ ਅੱਧ ਤਕਰੀਬਨ ਅੱਧ ਦੇ ਕਰੀਬ ਉਹ ਇਹ ਲੋਕ ਅੰਦਾਜ਼ੇ ਲਾਉਣੇ ਸ਼ੁਰੂ ਕਰ ਗਿਆ ਕਿ 8 ਦੇ ਵਿੱਚੋਂ 3 ਤੇ ਤਾਂ ਐਂ ਲੱਗਦਾ ਵੀ ਕਾਂਗਰਸ ਦਾ ਜਿਵੇਂ ਹਿਡਨ ਅਲਾਈਂਸ ਜਿਹੜਾ ਹੋ ਗਿਆ ਹੋਵੇ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੋਣਾਂ ਲੜਦੀਆਂ। ਹੁਣ ਲੋਕ ਤਾਂ ਇਹੋ ਜਿਹੇ ਅੰਦਾਜ਼ੇ ਜਿਹੜੇ ਉਹ ਲਾਈ ਜਾਂਦੇ ਆ, ਪਰ ਉੱਧਰ ਜਿਹੜੀਆਂ 5 ਸੀਟਾਂ 'ਤੇ ਰਹਿ ਗਿਆ ਸਹਿਮਤੀ, ਉਹਨਾਂ 'ਤੇ ਵੀ ਡਾਕਟਰ ਸਾਹਿਬ ਬਣ ਨਹੀਂ ਰਹੀ। ਲੁਧਿਆਣੇ ਸੀਟ ਦੀ ਜੇ ਗੱਲ ਕਰੀਏ, ਕਹਿੰਦੇ ਕਿ ਕੁਝ ਪੰਜਾਬ ਦੇ ਲੀਡਰ ਚਾਹੁੰਦੇ ਆ ਕਿ ਉੱਥੋਂ ਭਾਰਤ ਭੂਸ਼ਣ ਆਸ਼ੂ ਲੜੇ,
ਪਰ ਹਾਈ ਕਮਾਨ ਚਾਹੁੰਦੀ ਹੈ ਕਿ ਉੱਥੋਂ ਪ੍ਰਗਟ ਸਿੰਘ ਲੜਨ, ਤਾਂ ਹਾਈ ਕਮਾਨ ਨੇ ਪ੍ਰਗਟ ਸਿੰਘ ਦਾ ਨਾਮ ਕਹਿੰਦੇ ਪ੍ਰਪੋਜ਼ ਕੀਤਾ ਹੈ, ਅਤੇ ਦੂਜੇ ਪਾਸਿਓਂ ਕੁਝ ਲੋਕ ਜਿਹੜੇ ਇੱਥੋਂ ਜਿਹੜੇ ਹੈਗੇ ਆ ਪੰਜਾਬ ਦੇ, ਜਿਹੜੇ ਮੇਰੇ ਖਿਆਲ 'ਚ ਜਿਹੜੀ ਜ਼ਮੀਨੀ ਹਕੀਕਤ ਤੋਂ ਜਿਹੜੇ ਆ ਉਹ ਜਾਣੂ ਨਹੀਂ ਹੈਗੇ, ਉਹ ਜਿਹੜੇ ਜਿਹੜੇ ਆਸ਼ੂ ਦਾ ਜਿਹੜਾ ਨਾਮ ਅੱਗੇ ਕਰੀ ਜਾਂਦੇ ਆ। ਆਸ਼ੂ ਦੀ ਜ਼ਮੀਨੀ ਹਕੀਕਤ ਕੀ ਹੈ ਉਹ ਜਾਂ ਮੇਰੇ ਤੋਂ ਪੁੱਛ ਲੈਣ ਫੋਨ ਕਰਕੇ, ਜਿਨ੍ਹਾਂ ਨੂੰ ਕੋਈ ਭੁਲੇਖਾ ਹੈ, ਅਤੇ ਜਾਂ ਫਿਰ ਇੱਕ ਨਿਰਪੱਖ ਉੱਥੇ ਸਰਵੇ ਕਰਾ ਲੈਣ, ਅਤੇ ਪਤਾ ਲੱਗ ਜੂ ਕਿ ਜਿਹੜੀ ਜ਼ਮੀਨੀ ਹਕੀਕਤ ਕੀ ਹੈਗੀ ਹੈ। ਇੱਕ ਤਾਂ ਇਹ ਸੀਟ ਫਸੀ ਹੈ, ਦੂਜੀ ਸੀਟ ਅਨੰਦਪੁਰ ਸਾਹਿਬ ਦੀ ਫਸੀ ਹੈ। ਰਾਣਾ ਜਿਹੜੇ ਗੁਰਜੀਤ ਸਿੰਘ ਨੇ ਉਹ ਕਹਿੰਦੇ ਜੀ ਮੈਂ ਲੜਨੀ ਆ ਅਨੰਦਪੁਰ ਸਾਹਿਬ ਤੋਂ, ਅਤੇ ਖਡੂਰ ਸਾਹਿਬ ਤੋਂ ਉਹ ਕਹਿੰਦੇ ਜੀ ਫਿਰ ਕੌਣ ਲੜੂ। ਉਹਨਾਂ ਨੇ ਜੀ ਆਪਣਾ ਅੱਤ ਵਿਰੋਧੀ ਜਿਹੜਾ ਹੈ ਨਵਤੇਜ ਸਿੰਘ ਚੀਮਾ, ਉਹਨਾਂ ਦਾ ਨਾਮ ਅੱਗੇ ਪੇਸ਼ ਕਰਤਾ। ਉਹ ਕਹਿੰਦੇ ਜੀ ਨਵਤੇਜ ਸਿੰਘ ਚੀਮਾ ਇੱਥੋਂ ਲੜ ਸਕਦਾ, ਅਸੀਂ ਵੀ ਮਦਦ ਕਰ ਦਿਆਂਗੇ, ਖਡੂਰ ਸਾਹਿਬ ਤੋਂ ਟਿਕਟ ਜਿਹੜੀ ਹੈ ਤੁਸੀਂ ਇਹ ਦੇ ਦਿਓ। ਅਤੇ ਉੱਧਰ ਘੁਬਾਇਆ ਸਾਹਿਬ ਕਹਿੰਦੇ ਕਿ ਮੈਨੂੰ ਫਿਰੋਜ਼ਪੁਰ ਦੀ ਜਿਹੜੀ ਉਹ ਟਿਕਟ ਓਕੇ ਕਰਤੀ ਹੈ। ਹੁਣ ਸਵਾਲ ਇਹ ਹੈ ਕਿ ਜੇ ਉਹਨਾਂ ਨੂੰ ਓਕੇ ਕਰਤੀ ਹੈ ਫਿਰ ਨਾਮ ਆਇਆ ਕਿਉਂ ਨਹੀਂ? ਸਥਿਤੀਆਂ ਜਿਹੜੀਆਂ ਬਹੁਤ ਫਸ ਗਈਆਂ ਨੇ ਉਹਨਾਂ ਦੀਆਂ ਟਿਕਟਾਂ ਵਾਲੀਆਂ, ਕਿਵੇਂ ਦੇਖਦੇ ਹੋ ਪੂਰੀ ਚੀਜ਼? ਦੇਖੋ ਜੀ, ਮੇਰਾ ਤਾਂ ਪਹਿਲੇ ਦਿਨ ਤੋਂ ਇਹ ਵਿਸ਼ਵਾਸ ਹੈ ਕਿ ਕਾਂਗਰਸ ਹੈ ਜਿਹੜੀ, ਖਾਸ ਕਰਕੇ ਜਦੋਂ ਕੈਪਟਨ ਸਾਹਿਬ ਦੀ ਗੌਰਮੈਂਟ ਗਿਰੀ, ਕਾਂਗਰਸ ਪੰਜਾਬ ਦੇ ਯੂਨਿਟ ਬਾਰੇ ਸੀਰੀਅਸ ਨਹੀਂ ਹੈ। ਇਹ ਲੜੀ ਜਾਣ ਪਿੜੀ ਜਾਣ, ਉਹ ਇੱਕ ਅੱਧਾ ਨੁਮਾਇੰਦਾ ਜਿਹਾ ਲਾ ਕੇ ਭੇਜ ਦਿੰਦੇ ਨੇ, ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ, ਲੀਡਰ ਜ਼ਿਆਦਾ ਹੋ ਗਏ ਨੇ, ਹਾਈ ਕਮਾਂਡ ਉਹਦੇ 'ਚ ਕੋਈ ਇੰਟਰਸਟ ਨਹੀਂ ਲੈ ਰਹੇ। ਔਰ ਲੀਡਰਾਂ ਦਾ ਇਹ ਹੈ ਕਿ ਕਹਿ ਲਓ ਅੰਬੀਸ਼ਨ ਵੀ CM ਬਣਨ ਦੀ ਬਹੁਤ ਸਾਰਿਆਂ ਦੀ ਹੈ। ਇਹ ਹੌਲੀ ਹੌਲੀ ਮੈਨੂੰ ਤਾਂ ਲੱਗਦਾ ਵੀ ਕਾਂਗਰਸ ਦੀ ਹਾਈ ਕਮਾਂਡ ਇਹ ਕਹਿ ਰਹੀ ਹੈ ਵੀ ਭਾਈ ਆਪੋ ਆਪਣਾ ਘਰ ਸੰਭਾਲੋ, ਜਾਓ ਜਿੱਥੇ ਜਾਣਾ ਜੀ ਨੇ, ਸਾਡਾ ਕੋਈ ਇਹਦੇ ਨਾਲ ਤਲਕ ਨਹੀਂ। ਦੂਜੇ ਪਾਸੇ ਉਹਨਾਂ ਨੂੰ ਮਾੜਾ ਮੋਟਾ, ਮੇਰਾ ਖਿਆਲ ਪਤਾ ਨਹੀਂ ਉਹਨਾਂ ਦੇ ਕੰਨ 'ਚ ਕਿਹਨੇ ਫੂਕ ਮਾਰੀ ਹੈ, ਉਹਨਾਂ ਨੂੰ ਲੱਗਦਾ ਵੀ ਆਮ ਆਦਮੀ ਨਾਲ ਰਲ ਕੇ, ਆਮ ਆਦਮੀ ਪਾਰਟੀ ਨਾਲ ਰਲ ਕੇ ਅਸੀਂ ਇੰਡੀਆ ਫਰੰਟ ਹੈ ਜਿਹੜਾ ਓਵਰ ਨੈਸ਼ਨਲ ਲੈਵਲ ਦੇ ਉੱਪਰ ਅਸੀਂ ਉਹ ਕਰ ਲਾਂਗੇ, ਵੀ ਇਹ ਤਾਂ ਲੋਕਲ ਇਸ਼ੂਆਂ ਦੇ ਆਪੇ ਆਪਸ ਵਿੱਚ ਲੜੀ ਜਾਂਦੇ ਨੇ, ਇਹਨਾਂ ਨੂੰ ਇੱਕ ਜਣਾ ਕੁਛ ਕਹਿ ਆਉਂਦਾ ਦੂਜਾ ਕੁਛ ਕਹਿ ਆਉਂਦਾ, ਉਹ ਵੀ ਅੱਗੇ ਉਹੋ ਜਿਹੇ ਸਿਗਨਲ ਇਹਨਾਂ ਨੂੰ ਦੇ ਦਿੰਦੇ। ਸੋ ਇਹ ਮਤਲਬ ਦੇ ਡੋਂਟ ਟੇਕ ਸੀਰੀਅਸਲੀ ਜਿਹੜਾ ਪੰਜਾਬ ਯੂਨਿਟ ਹੈ, ਇਸ ਕਰਕੇ ਫਾਈਨਲ ਨਹੀਂ ਹੋ ਰਹੀਆਂ। ਇਹਦੇ ਨਾਲੋਂ ਮੈਨੂੰ ਐਂ ਲੱਗ ਰਿਹਾ ਵੀ ਲੇਟੈਸਟ ਜਿਹੜੀ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜ਼ਿਆਦਾ ਤਵੱਜੋ ਦੇ ਰਹੇ ਨੇ ਪੰਜਾਬ ਦੀ ਲੀਡਰਸ਼ਿਪ ਦੇ ਨਾਲ। ਪਰ ਇਹ ਮੇਰਾ ਖਿਆਲ ਹੈ ਵੀ ਪੰਜਾਬ ਦੇ ਵਿੱਚ ਕਾਂਗਰਸ ਦੇ ਲਈ ਕਾਫੀ ਨੁਕਸਾਨਦੇਹ ਗੱਲ ਹੈ। ਦੇਖੋ ਕੋਈ ਪੰਜਾਬ ਦੇ ਵਿੱਚ ਰੀਜਨਲ ਪਾਰਟੀ ਦਾ ਸਪੇਸ ਖਾਲੀ ਪਿਆ, ਅਕਾਲੀ ਵੀ ਉਸ ਰਿਸਪੋਂਸੀਬਿਲਿਟੀ ਨਾਲ ਜਿਹੜਾ ਲੈਣੀ ਚਾਹੀਦੀ ਹੈ ਉਵੇਂ ਨਹੀਂ ਚੱਲ ਰਹੇ ਹੋ। ਪਰ ਜਿਸ ਤਰੀਕੇ ਦੇ ਨਾਲ ਹੁਣ ਦਲ ਬਦਲੀਆਂ ਮਿਊਜ਼ੀਕਲ ਚੇਅਰਸ ਵਾਲਾ ਕੰਮ ਚੱਲਿਆ, ਕੋਈ ਕਿਸੇ ਪਾਸੇ ਨੂੰ ਭੱਜਿਆ ਫਿਰਦਾ ਹੈ, ਕੋਈ ਕਿਸੇ ਪਾਸੇ ਨੂੰ, ਔਰ ਜਿਹੜੇ ਛੋਟੇ ਛੋਟੇ ਧੰਦੇ ਨੇ ਚਾਹੇ ਉਹ ਟਰਾਂਸਪੋਰਟ ਦਾ, ਚਾਹੇ ਰੇਤੇ ਦਾ, ਚਾਹੇ ਕੋਈ ਹੈ ਰੀਅਲ ਇਸਟੇਟ ਦਾ, ਉਹਦੇ 'ਚ ਲਗਭਗ ਸਾਰੇ ਸਿਆਸਤਦਾਨ ਇੱਕ ਦੂਜੇ ਨਾਲ ਰਲੇ ਹੋਏ ਨੇ, ਇਕੱਠੇ ਨੇ, ਕਿਸੇ ਦਾ ਭਤੀਜਾ, ਕਿਸੇ ਦਾ ਚਾਚਾ, ਮਤਲਬ ਉਸ ਇਸ ਕਰਕੇ ਬੜਾ ਗੁੰਝਲਦਾਰ ਮਾਮਲਾ ਉਸ ਤਰੀਕੇ ਨਾਲ। ਪਰ ਮੈਨੂੰ ਲੱਗਦਾ ਵੀ ਕਾਂਗਰਸ ਇੱਥੇ ਇੱਕ ਕਿਸਮ ਦੇ ਨਾਲ ਸਲੋ ਸੁਸਾਈਡ ਕਰ ਰਹੀ ਹੈ। ਹਾਈ ਕਮਾਂਡ ਨੂੰ ਇਹਦੇ ਬਾਰੇ ਸੀਰੀਅਸ ਹੋਣਾ ਚਾਹੀਦਾ, ਤੇ ਉਹਨਾਂ ਨੇ ਜਿੰਨੀ ਵਾਰ ਜੋ ਵੀ ਤਬਦੀਲੀ ਕਰਦੇ ਨੇ, ਜੇ ਪ੍ਰਧਾਨ ਵੀ ਕੋਈ ਵੀ ਬਣਾਇਆ ਉਹਦੇ ਨਾਲ ਖੜੇ ਹੋਣ ਡਟ ਕੇ ਉਹਦੀ ਸੁਣਨ ਫਿਰ ਜਾਂਦਾ, ਮਤਲਬ ਕਿਸੇ ਨੂੰ ਵੀ ਇੱਕ ਨੂੰ ਦੂਏ ਦੇ ਖਿਲਾਫ਼, ਦੂਏ ਨੂੰ ਤੀਏ ਦੇ ਖਿਲਾਫ਼, ਪਹਿਲਾਂ ਪੁਰਾਣਾ ਰਿਵਾਜ਼ ਹੁੰਦਾ ਸੀ ਉਹਨਾਂ ਦਾ ਵੀ ਇੱਕ ਲੀਡਰ ਹੈ ਉਹਦੇ ਖਿਲਾਫ਼ ਇੱਕ ਖੜਾ ਰੱਖੋ ਤਾਂ ਕਿ ਸਾਨੂੰ ਉਹ ਭੇਜ ਦੇ ਜਾਣ, ਹੁਣ ਇਹ ਹੋ ਗਿਆ ਵੀ ਹਰੇਕ ਦੇ ਖਿਲਾਫ਼ ਹਰੇਕ ਨੂੰ ਕਰੋ, ਇਹ ਨਵੀਂ ਚੀਜ਼ ਹੈ ਆਪਣੇ ਆਪ ਦੇ ਵਿੱਚ। ਮਤਲਬ ਘੱਟੋ ਘੱਟ ਮੇਰਾ ਖਿਆਲ ਹੈ ਵੀ 6-7 ਲੀਡਰ ਤਾਂ ਆਪਾਂ ਨੂੰ ਦਿਖ ਰਹੇ ਨੇ, ਰਾਦਰ 10 ਹੀ ਕਹਿਣੇ ਚਾਹੀਦੇ ਨੇ, ਕਿ ਜਿਹੜੇ ਬਿਲਕੁਲ ਆਪਣੇ ਆਪ ਦੇ ਵਿੱਚ ਆਪਣੇ ਹਿਸਾਬ ਨਾਲ ਹੀ ਚੱਲਦੇ ਨੇ ਆਪ ਮਹਾਰੇ, ਸਾਰਿਆਂ ਦੀਆਂ ਬਾਗਾਂ ਖੁੱਲੀਆਂ ਹੀ ਨੇ। ਸੋ ਇਸ ਕਰਕੇ ਜਿੱਥੇ ਟਿਕਟ ਦਿੰਦੇ ਨੇ ਉੱਥੇ ਰੌਲਾ ਪੈ ਜਾਂਦਾ, ਉਹ ਪ੍ਰਧਾਨ ਵਿਚਾਰਾ ਉੱਥੇ ਭੱਜਿਆ ਫਿਰਦਾ, ਮਿੰਨਤਾਂ ਕਰਦਾ, ਉਹ ਇੱਕ ਨਵੀਂ ਹੋਰ ਅਨਾਊਂਸ ਕਰ ਦਿੰਦੇ ਨੇ, ਫਿਰ ਰੌਲਾ ਪੈ ਜਾਂਦਾ। ਮਤਲਬ ਮੈਨੂੰ ਲੱਗਦਾ ਵੀ ਕਾਂਗਰਸ ਆਪਣੇ ਆਪ ਦੇ ਖਿਲਾਫ਼ ਹੀ ਇੱਕ ਇਲੈਕਸ਼ਨ ਲੜ ਰਹੀ ਹੈ ਪੰਜਾਬ ਦੇ ਵਿੱਚ,
ਲੋਕ ਗੱਲਾਂ ਸੱਚੀਆਂ ਹੀ ਕਰਦੇ ਨੇ ਕਿ ਜੇ ਤੁਸੀਂ ਆਪਣੇ ਘਰ 'ਚ ਇਸ ਤਰ੍ਹਾਂ ਖਿਲਾਰਾ ਪਾਇਆ ਹੋਇਆ ਤਾਂ ਮਤਲਬ ਤੁਸੀਂ ਅਪੋਜੀਸ਼ਨ ਨਾਲ ਰਲੇ ਹੋਏ ਹੋ ਫਿਰ। ਰਲੇ ਹੋਏ ਹਾਂ, ਬਿਲਕੁਲ ਬਿਲਕੁਲ, ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਚੱਲਦੀਆਂ ਨੇ। ਚਲੋ ਅਗਲੀ ਖਬਰ ਡਾਕਟਰ ਸਾਹਿਬ ਆਪਾਂ ਜੇ ਕਰ ਲਈਏ, ਅਗਲੀ ਖਬਰ ਵੀ ਬੜੀ ਅਹਿਮ ਹੈ। ਕਿਸਾਨਾਂ ਨੇ ਅੱਜ ਰਫੜ ਜਿਹੜਾ ਕਾਫੀ ਪਾ ਲਿਆ ਸੀ ਬੀਜੇਪੀ ਦੇ ਨਾਲ, ਬੀਜੇਪੀ ਦੇ ਪ੍ਰਧਾਨ ਮੰਤਰੀ ਨੂੰ ਔਰ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਜੇਪੀ ਨੱਡਾ ਸਾਹਿਬ, ਪੰਜਾਬ ਦੇ ਪ੍ਰਧਾਨ ਜਿਹੜੇ ਹੈਗੇ ਨੇ ਸੁਨੀਲ ਜਾਖੜ ਜੀ, ਔਰ ਖੇਤੀਬਾੜੀ ਮੰਤਰੀ ਨੂੰ ਚੈਲੰਜ ਕਰਤਾ ਸੀ, ਕਹਿੰਦੇ ਕਿ MSP ਦੇ ਮੁੱਦੇ ਤੇ ਸਾਡੇ ਨਾਲ ਆ ਕੇ ਬਹਿਸ ਜਿਹੜੀ ਆ ਉਹ ਕਰੋ। ਤਾਂ ਕਿਸਾਨ ਉੱਥੇ ਪਹੁੰਚ ਗਏ, ਪਰ ਮੋਦੀ ਸਾਹਿਬ ਦੀ ਕੁਰਸੀ ਖਾਲੀ ਸੀ ਫੋਟੋਆਂ ਲਾ ਕੇ, ਸੁਨੀਲ ਜਾਖੜ ਦੀ, ਖੇਤੀਬਾੜੀ ਮੰਤਰੀ ਦੀ। ਉੱਧਰ ਜੇ ਗੱਲ ਕਰੀਏ ਆਪਾਂ ਜੇਪੀ ਨੱਡਾ ਸਾਹਿਬ ਦੀ, ਉੱਧਰ ਬੀਜੇਪੀ ਕਹਿੰਦੇ ਅਸੀਂ ਕਿਹੜਾ ਤੁਹਾਡਾ ਸੱਦਾ ਕਬੂਲਿਆ ਜਿਹੜਾ ਅਸੀਂ ਤੁਹਾਡੇ ਕੋਲ ਆਉਂਦੇ। ਤਾਂ ਫਿਰ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ, ਸਥਿਤੀ ਜਿਹੜੀ ਉੱਥੇ ਬਣ ਗਈ ਸੀ ਅੱਜ? ਸੁਖਵਿੰਦਰ ਜੀ, ਕਿਸਾਨਾਂ ਨੇ ਤਾਂ ਨਹੀਂ ਸੀ ਕਿਹਾ ਬਹਿਸ ਕਰਨ ਨੂੰ, ਇਹ ਤਾਂ ਬੀਜੇਪੀ ਵੱਲੋਂ ਹੀ ਆਇਆ ਸੀ। ਉਹਨਾਂ ਦੇ ਪ੍ਰਧਾਨ ਨੇ ਕਿਹਾ ਸੀ, ਜਾਖੜ ਸਾਹਿਬ ਨੇ ਵੀ, ਸਾਡੇ ਨਾਲ ਓਪਨ ਬਹਿਸ ਕਰ ਲਓ ਜਦ ਮਰਜ਼ੀ। ਉਹ ਕਹਿੰਦੇ ਠੀਕ ਹੈ, ਆ ਜਾਓ ਕਿਸਾਨ ਭਵਨ 'ਚ 23 ਤਰੀਕ ਨੂੰ ਬੈਠ ਜਾਂਦੇ ਹਾਂ ਆਪਾਂ। ਉਹ ਪਹੁੰਚ ਗਏ, ਕੁਰਸੀਆਂ ਲਾ ਲਈਆਂ, 11 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਬੈਠੇ ਉਡੀਕਦੇ ਰਹੇ, ਕੋਈ ਆਇਆ ਹੀ ਨਹੀਂ। ਸੋ ਇੱਕ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਜਿਹੜੇ ਸਿਆਸੀ ਲੀਡਰ ਨੇ, ਉਹ ਜਦੋਂ ਸਟੇਜਾਂ ਤੇ ਚੜ੍ਹ ਕੇ ਕੋਈ ਬਿਆਨਬਾਜ਼ੀ ਜਾਂ ਪੱਤਰਕਾਰਾਂ ਕੋਲ ਕਰਦੇ ਨੇ, ਥੋੜ੍ਹਾ ਜਿਹਾ ਸਬਰ ਰੱਖਿਆ ਕਰਨ, ਸਹਿਜ ਨਾਲ ਚੱਲਣ। ਗੱਲ ਇਹੋ ਜਿਹੀ ਕਹਿ ਦਿੰਦੇ ਨੇ ਕਿ ਜਿਹੜੀ ਕਰਨ ਯੋਗ ਨਹੀਂ ਹੁੰਦੀ। ਮਤਲਬ ਤੁਸੀਂ ਕਿਉਂ ਉਹਨਾਂ ਨੂੰ ਚੈਲੰਜ ਕਰ ਰਹੇ ਹੋ ਜਦੋਂ ਤੁਹਾਡਾ ਪੱਖ ਵੀਕ ਹੈ, ਤੁਸੀਂ MSP ਦੇ ਨਹੀਂ ਰਹੇ, ਅਜੇ ਮਿਸ਼ਰ ਟਹਿਣੀ ਨੂੰ ਤੁਸੀਂ ਟਿਕਟ ਦੇ ਬੈਠੇ ਹੋ, ਬਾਰਡਰ ਤੁਸੀਂ ਰੋਕੇ ਹੋਏ ਨੇ, ਮਤਲਬ ਤੁਸੀਂ ਬਹਿਸ ਕਾਹਦੀ ਕਰੋਗੇ ਉਹਨਾਂ ਦੇ ਨਾਲ? ਕੋਈ ਕਰਨੀ ਨਹੀਂ ਸੀ ਚਾਹੀਦੀ, ਐਵੇਂ ਉਹਨਾਂ ਨੇ ਮੇਰਾ ਖਿਆਲ ਹੈ ਕਿਤੇ ਕਹਿ ਲਓ ਕਿਸੇ ਮੂਡ ਦੇ ਵਿੱਚ ਆ ਕੇ ਉੱਥੇ ਕਹਿ ਦਿੱਤੀ ਗੱਲ, ਉਹਨਾਂ ਨੇ ਕਬੂਲ ਕਰਕੇ ਉਹ ਆਪਣਾ ਮੋਰਚਾ ਲਾ ਕੇ ਬੈਠ ਗਏ। ਪਰ ਕਿਸਾਨਾਂ ਦੀ ਤਾਂ ਵਿਚਾਰਿਆਂ ਦੀ ਸੁਣਦਾ ਨਹੀਂ ਕੋਈ, ਉਹਨਾਂ ਨੇ ਜੋ ਕੁਛ ਵੀ ਉੱਥੇ ਵੇਟ ਕਰਿਆ, ਵੀਡੀਓਜ਼ ਭੇਜੀਆਂ। ਅੱਛਾ, ਜਿਹੜਾ ਸੋਸ਼ਲ ਮੀਡੀਆ ਤੇ ਉਹ ਪਾ ਰਹੇ ਨੇ ਥੋੜੀਆਂ ਬਹੁਤ, ਪਰ ਇਹ ਹੈ ਕਿ ਤੁਸੀਂ ਦੇਖੋਗੇ ਕਿ ਗੋਦੀ ਮੀਡੀਆ ਤੇ ਜਾਂ ਜਿਹੜਾ ਮੇਨ ਮੀਡੀਆ ਹੈ ਪੰਜਾਬ 'ਚ ਵੀ, ਜਿਹੜਾ ਗੋਦੀ ਮੀਡੀਆ ਹੈ, ਉਹ ਇਹ ਗੱਲ ਦਾ ਜ਼ਿਕਰ ਨਹੀਂ ਕਰਨਗੇ ਕਿ ਕਿਸਾਨਾਂ ਨੂੰ ਚੈਲੰਜ ਕੀਤਾ ਗਿਆ ਸੀ, ਉਹਨਾਂ ਨੇ ਚੈਲੰਜ ਕਬੂਲ ਕੀਤਾ, ਉਹਨਾਂ ਨੇ ਡੇਟ ਤੇ ਟਾਈਮ ਦਿੱਤਾ, ਫਿਰ ਉਹ ਆ ਕੇ ਵੇਟ ਕਰਦੇ ਰਹੇ ਬੈਠ ਕੇ, ਕੋਈ ਨਹੀਂ ਗਿਆ। ਆਪਣੇ ਆਪ 'ਚ ਮੇਜਰ ਘਟਨਾ ਬਹੁਤ ਵੱਡੀ, ਪਰ ਇਹਦਾ ਕੋਈ ਖਾਸ ਜ਼ਿਕਰ ਨਹੀਂ, ਉਹ ਆਪਾਂ ਹੀ ਕਰ ਰਹੇ ਹਾਂ ਇਹਦਾ ਜ਼ਿਕਰ ਜ਼ਿਆਦਾ। ਬਿਲਕੁਲ ਬਿਲਕੁਲ, ਆਉਣ ਵਾਲੇ ਦਿਨਾਂ 'ਚ ਇਹਦੇ ਕੀ ਸਿੱਟੇ ਨਿਕਲ ਸਕਦੇ ਆ ਡਾਕਟਰ ਸਾਹਿਬ, ਕਿਉਂਕਿ ਬੀਜੇਪੀ ਵਾਲਿਆਂ ਨੇ ਪਿੰਡਾਂ 'ਚ ਵੀ ਜਾਣਾ, ਫਿਰ ਕਿਸਾਨ ਜਿਹੜੇ ਉੱਥੇ ਘੇਰਨਗੇ। ਸਿੱਟੇ ਤਾਂ ਨਿਕਲ ਹੀ ਰਹੇ ਨੇ ਪਿੰਡਾਂ 'ਚ ਜੀ, ਤੁਸੀਂ ਦੇਖ ਲਿਆ ਵੀ ਆਮ ਆਦਮੀ ਪਾਰਟੀ ਦੇ ਵੀ ਤੇ ਬੀਜੇਪੀ ਦੇ ਵੀ ਜਿਹੜੇ ਲੀਡਰ ਨੇ, ਉਹਨਾਂ ਨੂੰ ਕਿਸਾਨ ਘੇਰ ਰਹੇ ਨੇ ਬੜੀ ਬੁਰੀ ਤਰ੍ਹਾਂ, ਔਰ ਬੜੀ ਲੌਜੀਕਲੀ, ਬੜੀ ਸਿਸਟੇਮੈਟਿਕਲੀ, ਬੜੇ ਐਨ ਮਤਲਬ ਪਿਆਰ ਨਾਲ ਉਹ ਸਵਾਲ ਪੁੱਛ ਰਹੇ ਨੇ, ਕੋਈ ਹੁੱਲੜਬਾਜ਼ੀ ਨਹੀਂ ਕਰ ਰਹੇ ਅੱਜ, ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਕੱਲ ਪਰਸੋਂ ਕੁੜੀਆਂ ਸਾਹਿਬ ਦੀ ਫਿਰ ਰਹੀ ਸੀ, ਉਹ ਨਾਲ ਹੀ ਉਹਨਾਂ ਦੇ ਸਿੰਗਲਾ ਸਾਹਿਬ ਸੀਗੇ, ਉਹ ਕਿਸਾਨ ਆਗੂ ਪੁੱਛ ਰਿਹਾ ਸੀ ਉਹਨਾਂ ਨੂੰ, ਕਹਿੰਦਾ ਵੀ ਤੁਸੀਂ ਇਹਨਾਂ ਨੂੰ ਬਦਨਾਮ ਕਿਉਂ ਕਰਿਆ ਜੀ, ਕਰਪਟ ਨਹੀਂ ਸੀ, ਹੁਣ ਤੁਸੀਂ ਨਾਲ ਚੱਕੀ ਫਿਰ ਰਹੇ ਹੋ ਇਹਨਾਂ ਨੂੰ। ਮਤਲਬ ਗੱਲ ਤਾਂ, ਜਵਾਬ ਤਾਂ ਕੋਈ ਹੈ ਨਹੀਂ ਕੋਲ। ਇਸੇ ਤਰ੍ਹਾਂ ਬੀਜੇਪੀ ਦਾ ਮਹਾਰਾਣੀ ਤੋਂ ਲੈ ਕੇ, ਮਤਲਬ ਆਪਣੇ ਤਰਨਜੀਤ ਸੰਧੂ ਤੋਂ ਲੈ ਕੇ ਹੰਸ ਰਾਜ ਹੰਸ ਦੀ ਤਾਂ ਖੈਰ ਗੱਲਾਂ ਹੀ ਛੱਡ ਦੀ, ਉਹ ਤਾਂ ਮੇਰਾ ਖਿਆਲ ਹੈ ਵੀ ਦਿਨ 'ਚ 2-3 ਵਾਰੀ ਉਹਦੇ ਨਾਲ ਵਿਚਾਰੇ ਨਾਲ ਹੁੰਦੀ ਹੈ। ਸੋ ਉਹ ਕਿਸਾਨ ਤਾਂ ਥਾਂ ਥਾਂ 'ਤੇ ਘੇਰਾ ਪਾ ਕੇ ਪੁੱਛ ਰਹੇ ਨੇ ਕਿ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਦਿਓ, ਪਰ ਜਵਾਬ ਕੋਈ ਹੈ ਨਹੀਂ। ਸੋ ਬਹਿਸ ਕਰਨ ਦੇ ਸੱਦੇ ਦੇ ਰਹੇ ਨੇ। ਸੋ ਉਹਨਾਂ ਦਾ ਪੱਖ ਹੋਰ ਤਕੜਾ ਹੋ ਗਿਆ, ਉਹਨਾਂ ਨੇ ਅੱਜ ਕਿਹਾ, ਕਹਿੰਦੇ ਅਸੀਂ ਪਿੰਡਾਂ 'ਚ ਫਿਰ ਆਉਣਗੇ ਤਾਂ ਉੱਥੇ ਪੁੱਛਾਂਗੇ, ਫਿਰ ਜੇ ਉਰੇ ਉਰੇ ਨਹੀਂ ਆਏ ਇੱਥੇ ਅੱਜ ਗੱਲ ਕਰਨ, ਅਸੀਂ ਪਿੰਡਾਂ ਦੇ ਵਿੱਚ ਥਾਂ ਥਾਂ 'ਤੇ ਪੁੱਛਾਂਗੇ ਘੇਰ ਕੇ, ਸਾਡੀਆਂ ਗੱਲਾਂ ਦਾ ਜਵਾਬ ਦਿਓ ਸਵਾਲਾਂ ਦਾ। ਬਿਲਕੁਲ ਬਿਲਕੁਲ, ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ ਸੁਖਵਿੰਦਰ ਜੀ, ਸਰੋਤਿਆਂ ਦਾ, ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤਾਂ ਇਹ ਸਨ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ, ਜਿਨ੍ਹਾਂ ਦੇ ਨਾਲ ਇਹਨਾਂ ਅਹਿਮ ਖਬਰਾਂ 'ਤੇ ਅਸੀਂ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।